ਦੋਸਤੋ, ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹੱਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ। ਪਹਿਲਾਂ ਤਾਂ 2 ਸਾਲ ਬੋਲੇ ਹੀ ਨਹੀਂ, ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹੱਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ, ਉਹਦੇ ਮੂਰਖ ਟਾਈਪ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾਅ ਕੀਤੀ, ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਉੱਤੇ ਫਲੌਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ। ਭਗਵੰਤ ਮਾਨ ਨੇ ਆਪਣੇ ਆਫਿਸ਼ੀਅਲ ਪੇਜ 'ਤੇ ਸ਼ੇਅਰ ਕੀਤਾ, ਆਮ ਆਦਮੀ ਪਾਰਟੀ ਨੇ ਆਪਣੇ ਆਫਿਸ਼ੀਅਲ ਪੇਜਿਸ 'ਤੇ ਸ਼ੇਅਰ ਕੀਤਾ। ਨਤੀਜਾ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ, ਉਹ ਪਹਿਲੇ ਸ਼ਹਿਰ 'ਤੇ ਬੈਠੇ ਹੋਏ ਸੀ ਗੈਂਗਸਟਰਸ ਔਰ ਸ਼ੂਟਰਸ, ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਤੀ। 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨ ਕੌਰ, ਅੰਗਰੇਜ਼ੀ 'ਚ ਕਹਿੰਦੇ ਦੇ ਆ ਵੀ ਰਨਿੰਗ ਫਰੋਮ ਪਿਲਰ ਟੂ ਪੋਸਟ, ਥਾਂ ਥਾਂ ਧੱਕੇ ਖਾ ਰਹੇ ਨੇ। ਜਿਹੜੇ ਕਾਤਲ ਨੇ ਉਹ ਜੇਲ੍ਹਾਂ 'ਚੋਂ ਇੰਟਰਵਿਊਆਂ ਦੇ ਰਹੇ ਨੇ, ਚਲਾਨ ਹਲੇ ਤੱਕ ਪੁਖਤਾ ਪੇਸ਼ ਨਹੀਂ ਕਰ ਸਕੀ। ਸਜ਼ਾ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇੜੇ ਵੀ ਕੋਈ ਸੰਕੇਤ ਆ ਰਹੇ ਨੇ। ਉਲਟਾ ਜਿਹੜਾ ਬੀਥ ਹੇਅਰ, ਉਹਨਾਂ ਵਿੱਚੋਂ ਇੱਕ ਚਲਾਨ 'ਚ ਇੱਕ ਨਾਮਜ਼ਦ ਬੰਦਾ ਭਾਵਾਂ ਗ੍ਰਿਫਤਾਰ ਨਹੀਂ, ਜੀਵਨ ਜੋਤ ਮਾਨਸਾ, ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਿਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ, ਇਹ ਕਿਹੜਾ ਕਾਤਲ ਹੈ, ਉਹਦੀ LOC ਖੁੱਲੀ ਹੋਈ ਕਿ ਹੀ ਕੈਨ ਨਾਟ ਗੋ ਅਬਰੋਡ। ਮਤਲਬ ਕਿ ਉਹਨਾਂ ਨੂੰ ਜਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਹਾਂ। ਭਗਵੰਤ ਮਾਨ ਵੀ ਕਹਿ ਰਿਹਾ, ਉਹਦੇ ਮੰਤਰੀ ਵੀ ਥੇਰ ਆ ਕੇ, ਆਹ ਕੱਲ ਇਹ ਨਿਊਜ਼ ਆ ਚੁੱਕੀ, ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਨੂੰ। ਔਰ ਇੱਥੇ ਬਸ ਨਹੀਂ ਕਬੂਲਿਆ, ਦੇਖੋ ਕਿੱਦਾਂ BJP ਵੀ ਨਾਲ ਹੈ। ਆਹ ਤੁਸੀਂ ਪੜੋਗੇ, ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ, ਬਾਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕੀ ਕਹਿ ਰਹੇ ਨੇ ਇਹ। ਪੰਜਾਬ ਸੀਨੀਅਰ ਐਡਵੋਕੇਟ ਜਨਰਲ, ਐਕਚੁਅਲੀ ਐਡਵੋਕੇਟ ਜਨਰਲ ਹੈ ਪੰਜਾਬ ਦਾ, ਗੁਰਵਿੰਦਰ ਸਿੰਘ ਬੇਸੀਸ਼ ਦ ਕੋਰਟ ਟੂ ਸਟੇ ਦ ਹਾਈ ਕੋਰਟ ਡਾਇਰੈਕਸ਼ਨ। ਹੀ ਪੁਆਇੰਟਡ ਆਊਟ ਟੂ ਦ ਕਿਲਿੰਗ ਆਫ ਸਿੰਗਰ ਸਿੱਧੂ ਮੂਸੇਵਾਲਾ, ਸੇਇੰਗ ਦੈਟ ਹੀ ਵਾਸ ਕਿਲਡ 2 ਡੇਜ਼ ਆਫਟਰ ਹਿਸ ਸਿਕਿਉਰਿਟੀ ਵਾਸ ਸਕੇਲਡ ਡਾਊਨ। ਦੀ AG ਆਲਸੋ ਰੈਫਰਡ ਟੂ ਅ ਰਾਕਟ ਪ੍ਰੋਪੇਲਡ ਗ੍ਰੇਨੇਡ ਅਟੈਕ ਔਨ ਦੀ ਇੰਟੈਲੀਜੈਂਸ ਹੈੱਡਕੁਆਰਟਰਸ। ਅੱਗੇ ਜਿਹੜਾ ਸਭ ਤੋਂ ਇੰਪੋਰਟੈਂਟ BJP ਨਾਲ ਜੁੜਦੀ ਲਾਈਨ ਹੈ, ਆਹ ਵਾਲੀ ਲਾਈਨ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ। ਸੋਲਿਸਟਰ ਜਨਰਲ ਜਿਹੜਾ ਤੁਸ਼ਾਰ ਮਹਿਤਾ, BJP ਦਾ ਆਦਮੀ, ਭਗਵੰਤ ਮਾਨ ਵੱਲੋਂ ਕੀਤੀ ਹੋਈ ਪਟੀਸ਼ਨ ਨੂੰ, ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ। ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਆਹ ਲਿਖਿਆ ਹੈਗਾ ਵਾ, ਸਪਲੀਮੈਂਟਡ ਦੇ ਪੰਜਾਬ ਗਵਰਨਮੈਂਟ ਕੇਸ। ਉਹਨੇ ਕੇਸ ਕੀ ਆ ਕਿ ਸਿੱਧੂ ਮੂਸੇਵਾਲਾ ਮਰ ਜਾਵੇ ਕੋਈ ਪਰਵਾਹ ਨਹੀਂ ਹੈ ਭਗਵੰਤ ਨੂੰ, ਲੇਕਿਨ ਭਗਵੰਤ ਮਾਨ ਦੇ ਅੱਗੇ ਨਾ ਸਰਕਾਰੀ ਜਿਹੜੀ ਕੋਠੀ ਆ ਚੀਫ ਮਿਨਿਸਟਰ ਦੀ, 2 ਸੈਕਟਰ ਚੰਡੀਗੜ੍ਹ ਚ, ਉਹਦੇ ਮੋਹਰੇ ਬਹੁਤ ਵੱਡੀ ਸੜਕ ਲੰਘਦੀ ਹੈ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਹਾਂ। ਇੱਕ ਸਿਰੇ ਤੇ ਲੇਕ ਹੈ, ਇੱਕ ਸਿਰੇ ਤੇ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ, ਉਹ ਸੜਕ ਮੁੜ ਕੇ ਚੱਲ ਜਾਂਦੀ ਨਵਾਂ ਗਾਓਂ ਨੂੰ ਅਤੇ ਹੋਰ ਪਿੰਡਾਂ ਨੂੰ। ਉਹ ਪਿਛਲੇ ਕਾਫੀ ਅਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ। ਕੁਛ ਜਿਹੜੇ ਐਕਟਿਵਿਸਟ ਹੁੰਦੇ ਨੇ, NGOs ਹੁੰਦੀਆਂ ਨੇ, ਉਹਨਾਂ ਨੇ ਜਾ ਕੇ, ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ, ਉਹਨਾਂ ਨੇ ਕਿਹਾ ਜਾ ਕੇ ਹਾਈਕੋਰਟ 'ਚ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਤੁਸੀਂ ਉਹ ਸੜਕ ਬੰਦ ਕੀਤੀ। ਹਾਈਕੋਰਟ ਨੇ ਕਾਫੀ ਦੇਰ ਸੁਣਿਆ ਕੇਸ, ਹਾਈਕੋਰਟ ਨੇ ਕਿਹਾ ਕਿ ਆਪਾਂ ਐਂ ਕਰਦੇ ਹਾਂ, ਇੱਕ ਹਫ਼ਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਹਾਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਕੋਠਾ, ਬੜੀ ਵੱਡੀ ਸੜਕ ਆ, ਮੇਰੇ ਖਿਆਲ 150-150 ਫੁੱਟ ਚੌੜੀ ਸੜਕ ਹੈ, ਲੋਕੀ ਸੈਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋਕ। ਉਹਨਾਂ ਨੇ ਕਿਹਾ ਆਪਾਂ ਇੱਕ ਹਫ਼ਤਾ ਦੇਖਦੇ ਹਾਂ, ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ, ਕੋਈ ਨੈਗੇਟਿਵ ਕੋਈ ਇੰਸੀਡੈਂਟ ਨਾ ਹੋਇਆ, ਤੇ ਫਿਰ ਆਪਾਂ ਇਸ ਲੇਕ ਰੋਡ ਨੂੰ ਖੋਲਣ ਦੇ ਅਰੇਂਜਮੈਂਟ ਪੱਕੇ ਕਰਾਂਗੇ। ਹਾਈਕੋਰਟ ਦੇ ਚੁਣੌਤੀ, ਹਾਈਕੋਰਟ ਦੇ
ਫੈਸਲੇ ਨੂੰ ਚੁਣੌਤੀ ਦੇਣ ਭਗਵੰਤ ਮਾਨ ਸਿਕਿਉਰਿਟੀ ਦੇ ਖਾਤਰ ਪੱਚਾ ਸੁਪਰੀਮ ਕੋਰਟ ਗਿਆ। ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤ ਮਾਨ ਨੇ ਖੁਦ ਪਰਸਨਲੀ, ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕ ਰੋਡ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਉਹਦੇ ਸਾਹਮਣੇ, ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਚ ਆਪਾਂ ਚੈੱਕ ਕਰਾਂਗੇ, ਸ਼ਾਇਦ ਪ੍ਰਾਈਵੇਟ ਲਾਇਰਸ ਨਾਲ ਇੰਗੇਜ ਕੀਤੇ ਹੋਣ, ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਹੋਈ ਸਰਕਾਰੀ ਵਕੀਲਾਂ ਦੀ, ਉੱਥੇ ਸੁਪਰੀਮ ਕੋਰਟ ਜਾ ਕੇ ਮਿੰਨਤਾਂ ਕੱਢ ਰਹੇ ਨੇ, ਗਿੜਗਿੜਾ ਨੇ ਕਿਤੇ ਸੜਕ ਨਾ ਕਿਤੇ ਖੋਲ ਦਿਓ। ਅਗਰ ਉਹ ਸੜਕ ਖੁੱਲ ਜਾਵੇਗੀ ਤੇ ਭਗਵੰਤ ਨੂੰ ਮੈਂ ਪੁੱਛਣਾ ਚਾਹੁੰਦਾ, 1000 ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ, ਕੰਧਾਂ ਦੇ ਤੁਸੀਂ ਉੱਤੇ ਕੰਡੇਦਾਰ ਤਾਰਾਂ ਲਾਈਆਂ ਹੋਈਆਂ, ਪੰਜ ਪੰਜ ਦਸ ਦਸ ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ, ਫਿਰ ਤੇਰੇ ਘਰ ਅੰਦਰ ਕੋਈ ਜਾ ਸਕਦਾ? ਅਵਲ ਤਾਂ ਜਾਂਦਾ ਹੀ ਕੋਈ ਨੀਗਾ, ਤੁਸੀਂ ਕਿਸੇ ਨੂੰ ਵੜਨ ਹੀ ਨੀ ਦਿੰਦੇ, ਤੁਸੀਂ ਕਿਸੇ ਨੂੰ ਮਿਲਦੇ ਹੀ ਨੀ, ਕੋਈ ਟਾਈਮ ਹੀ ਨੀ ਦਿੰਦੇ। ਪਰ ਜੇ ਕੋਈ ਚਲੇ ਵੀ ਜਾਊਗਾ ਯਾਰ, ਇੰਨਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ, ਜਿਹੜੇ ਕਹਿੰਦੇ ਸੀ ਅਸੀਂ ਤਾਂ ਸਾਦੇ ਜੇ ਬੰਦੇ, ਅਸੀਂ ਤਾਂ ਸਰਕਾਰੀ ਘਰ ਨੀ ਲਵਾਂਗੇ, ਅਸੀਂ ਤਾਂ ਕੋਈ ਸਿਕਿਉਰਿਟੀ ਨੀ ਲਵਾਂਗੇ, ਅਸੀਂ ਤਾਂ ਕੋਈ ਸਰਕਾਰੀ ਗੱਡੀ ਨੀ ਲਵਾਂਗੇ। ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ, ਖੁਲਾਉਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਭੱਜਾ ਜਾਂਦਾ, ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ। ਆਹ ਜਿਹੜੀ ਲਾਈਨ ਹੈ ਨਾ ਤੁਸ਼ਾਰ ਮਹਿਤਾ, ਆਹ ਥੱਲੇ ਲਾਈਨ ਪੜ੍ਹੋ ਤੁਸੀਂ, ਤੁਸ਼ਾਰ ਮਹਿਤਾ ਬੀਜੇਪੀ ਦਾ ਸੋਲਿਸਿਟਰ ਜਨਰਲ ਆ, ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਿਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ, ਅਸੀਂ ਇਹਦੀ ਸਪੋਰਟ ਕਰਦੇ ਹਾਂ। ਹੋ ਗਿਆ ਸਾਬਤ ਕਿ ਜੇ NSA ਲੱਗਣੀ ਆ ਨੌਜਵਾਨਾਂ ਤੇ, ਡਿਬਰੂਗੜ੍ਹ ਚੱਕ ਕੇ ਭੇਜਣੇ ਆ, ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਓਪਰੇਸ਼ਨ ਆ। ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ, ਤੇ ਨਾਲ ਉਹਨਾਂ ਦੇ ਲਾਠੀਆਂ ਵੱਜਣੀਆਂ, ਟੇਅਰ ਗੈਸ ਵੱਜਣੇ ਆ, ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੈ ਕੇ ਜਾਣਾ, ਤੇ ਸਾਡੇ ਘੱਗਰ ਦਰਿਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ, ਇਹ ਜੁਆਇੰਟ ਓਪਰੇਸ਼ਨ ਆ ਭਗਵੰਤ ਮਾਨ ਦਾ ਤਾਂ ਬੀਜੇਪੀ ਦਾ। ਇਸ ਲਈ ਮੇਰੇ ਸਤਿਕਾਰਯੋਗ ਵੋਟਰੋ, ਅੱਜ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ, ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ, ਮੈਨੂੰ ਕੋਈ ਇਤਰਾਜ਼ ਨਹੀਂ ਗਾ। ਮੈਂ ਇਕੱਲੇ ਸੰਗਰੂਰ ਦੀ ਅਪੀਲ ਨਹੀਂ ਕਰਨ ਲੱਗਿਆ, ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਨੋ, ਇਹ ਪੰਜਾਬ ਦੇ ਹਿਤੈਸ਼ੀ ਨਹੀਂ ਗੇ, ਇਹ ਪੰਜਾਬ ਦੇ ਦੁਖੀ ਨੇ। ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਹਾਂ ਸਾਲਾਂ ਚ 70,000 ਕਰੋੜ ਤੋਂ ਉੱਤੇ ਕਰਜ਼ਾ ਚਾੜ ਦਿੱਤਾ, ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ, ਬੱਚੇ ਆ ਨਸਾਂ ਚ ਟੀਕੇ ਲਾ ਲਾ ਕੇ ਗਲੀਆਂ ਰੂੜੀਆਂ ਦੇ ਉੱਤੇ, ਗੰਦਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਡਿੱਗੀਆਂ ਪਈਆਂ ਨੇ। ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ, ਸੰਗਰੂਰ ਆ ਐਕਸਾਈਜ਼ ਦਾ ਮਿਨਿਸਟਰ ਜਿਹੜਾ ਹਰਪਾਲ ਚੀਮਾ, ਇਹਦੇ ਆਪਣੇ ਹਲਕਾ ਦਿੜਬਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ। ਦੈਟ ਸ਼ੋਜ਼ ਮਾਫੀਆ ਆਲ ਓਵਰ ਪੰਜਾਬ, ਲਿਕਰ ਮਾਫੀਆ, ਕੇਬਲ ਮਾਫੀਆ, ਰੀਅਲ ਇਸਟੇਟ ਮਾਫੀਆ, ਡਰੱਗ ਮਾਫੀਆ, ਇਲੀਗਲ ਸੈਂਡ ਮਾਈਨਿੰਗ ਮਾਫੀਆ। ਮੇਰੇ ਕੋਲ ਰਿਪੋਰਟ ਪਈ ਆ ADG ਪੰਜਾਬ ਪੁਲਿਸ ਦੀ ਇੰਟੈਲੀਜੈਂਸ, ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ। ਤੇ ਕੀ ਬਦਲਿਆ ਹੈ ਕੇਜਰੀਵਾਲ ਸਾਹਿਬ? ਤੁਸੀਂ ਤਾਂ ਕਹਿੰਦੇ ਸੀ ਮੈਂ 20,000 ਕਰੋੜ ਰੁਪਇਆ ਮਾਈਨਿੰਗ ਤੋਂ ਗੈਰ ਕਾਨੂੰਨੀ ਬਚਾ ਕੇ ਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਭਰਾਂਗੇ, 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਤੋਂ ਵਧਾ ਨਹੀਂ ਸਕੇ, ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆ ਰਹੀ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹੁੰਦਾ ਕਿ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਚ, 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾਂ ਥੱਲੇ ਰੌਂਦ ਕੇ ਲੋਕਾਂ ਦੇ ਜਜ਼ਬਾਤਾਂ, ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ। ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਭਪਾਤ ਕੀਤਾ ਹੈ। ਫੈਸਲਾ ਤੁਸੀਂ ਕਰਨਾ ਵਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨ ਪ੍ਰਮੋਟ ਕਰ ਰਹੇ ਨੇ, ਜਿਹੜੇ ਰਾਜਕੁਮਾਰ ਚੱਬੇਵਾਲ ਵਰਗੇ ਦੀ ਬੰਬ ਰੋੜ ਕੇ ਉਹਨੂੰ ਕੋਡਾ ਕਰਕੇ ਤੇ ਉਹਨੂੰ ਉਮੀਦਵਾਰ ਬਣਾ ਲਿਆ ਹੁਸ਼ਿਆਰਪੁਰ ਤੋਂ, ਔਰ ਜਿਹੜਾ ਦਲਵੀਰ ਗੋਲਡੀ, ਜੇ ਭਗਵੰਤ ਤੂੰ ਏਡਾ ਹੀ ਤਕੜਾ ਸੀ ਸਾਰੇ ਸੰਗਰੂਰ ਦੇ ਵਿੱਚ, ਤੈਨੂੰ ਫਿਰ ਆਪਣੇ ਓਪੋਨੈਂਟ ਧੋਰੀ ਦੀ
ਉਹਦੀ ਮਦਦ ਦੀ ਵੀ ਲੋੜ ਪੈ ਗਈ। ਉਹਦੀ ਵੀ ਬਾਂਹ ਮਰੋੜ ਕੇ ਕੋਟਾ ਕਰਕੇ ਤੂੰ ਆਪਣੇ ਨਾਲ ਲੈ ਕੇ ਗਏ ਹੋ। ਤੁਸੀਂ ਆਹ ਡਿਫੈਕਟਰ ਜਿਹੜੇ ਪਵਨ ਟੀਨੂ ਐਕਸ ਐਮ ਐਲ ਏ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ ਤਿੱਤਲੀ ਸੀ ਉਹ ਉੱਡ ਗਈ ਸਮੇਤ ਟਿਕਟ ਲੈ ਗਈ ਕਮਲ ਦੇ ਪੁੱਲ ਤੇ ਜਾ ਕੇ ਬੈਠ ਗਈ ਜੀ ਪੀ ਐਕਸ ਐਮ ਐਲ ਏ ਫਤਿਹਗੜ੍ਹ ਸਾਹਿਬ। ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਦਰਾਂ ਕੀਮਤਾਂ ਵਾਲੀ ਪਾਰਟੀ, ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਹੈ। ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ, 5 ਮਿਨਿਸਟਰ, 3 ਐਮ ਐਲ ਏ, 1 ਕਮੇਡੀਅਨ ਤੇ 3 ਤਿੱਤਲੀਆਂ ਇਹਨਾਂ ਦੀ ਜਿਹੜੀ ਚੋਣ ਲਿਸਟ ਹੈ। ਤੇ ਉਹਦਾ ਕੀ ਕਹਿੰਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ, ਅਸੀਂ ਤਾਂ ਪੰਜਾਬ ਨੂੰ ਅਸੀਂ ਰੰਗਲਾ ਕਰਤਾ। ਆਹ ਰੰਗਲਾ ਪੰਜਾਬ ਹੈ, ਡਿਫੈਕਟਰਸ ਨੂੰ ਪ੍ਰਮੋਟ ਕਰਦੇ ਹੋ, ਨਸ਼ੇ ਪ੍ਰਮੋਟ ਕਰਦੇ ਹੋ, ਬੇਅਦਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ, ਤੁਸੀਂ ਸੈਂਕਸ਼ਨ ਨਹੀਂ ਦੇ ਰਹੇ। ਹੋਮ ਡਿਪਾਰਟਮੈਂਟ ਤੁਹਾਡੇ ਕੋਲ ਫਾਈਲ ਪਈ ਬਤੌਰ ਹੋਮ ਮਿਨਿਸਟਰ ਐਸ ਐਸ ਪੀ ਫਰੀਦਕੋਟ ਵੱਲੋਂ, ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦ ਮੇਨ ਕਲਪਰੇਟਸ ਦਾ ਜਿਹੜੇ ਸੈਕਰੀਲੇਜ ਤੇ ਬੇਅਦਬੀ ਦੇ ਕੇਸਿਸ ਦੇ ਵਿੱਚ ਕਰਕੇ। ਇੰਨਾ ਕੁਛ ਮੇਰੇ ਕੋਲ ਕਹਿਣ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਇਲੈਕਸ਼ਨ ਦਾ ਦੌਰ ਆ। ਮੇਰੀ ਤੁਹਾਨੂੰ ਸਭ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਹਿਚਾਣੋ, ਔਰ ਇਹਨਾਂ ਨੂੰ ਜਿਹੜੇ ਇੱਕ ਫਰਜ਼ੀ ਇਨਕਲਾਬ ਦਾ ਨਾਰਾ ਲਾ ਕੇ ਆਏ ਸੀ, ਝੂਠੇ ਸੀ, ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ, ਸੋਨਿਆਂ ਨਾਲ ਲੱਦੇ ਹੋਏ, 5-5 ਕਰੋੜ ਦੀਆਂ ਟਿਓਟਾ ਲੈਕਸਸ ਗੱਡੀਆਂ ਚੜ੍ਹਨ ਵਾਲੇ, 1000-1000 ਗਨਮੈਨ ਲੈਣ ਵਾਲੇ, ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ, ਇਹਨਾਂ ਨੂੰ ਜ਼ਰੂਰ ਪੰਜਾਬ 'ਚੋਂ ਚੱਲਦਾ ਕਰਨਾ।